जिहड़ा साडा अज्ज दा रोस धरना असी CDPO दफ्तर माछीवाड़ा साहिब दे विच लाया, साढ़े 4 महीनों तो जो को आंगनवाड़ी वर्कर ते हैल्पर जो पिंडां दे विच वख-वख पिंडां दे विच अपने नौकरी करदियां ने उन्हां नूं 4 महीने हो गए तनखाह नहीं मिली, उस दे रोस दे वजों अज्ज जिहड़ा असी माछीवाड़ा साहिब दे विच जिहड़ा धरना दित्ता। अज्ज धरना साडा सारे दिन दा, इह 5 बजे तक दा ते 4 बजे तक असीं इत्थे बैठांगे। जिहड़ा साडा रोस आ इदां ही रहूगा। जेकर साडी कोई दफ्तरी रिपोर्ट आ, असीं अज्ज तों 10 दिन पहलां वी वाइकाट कीता वी असीं कोई वी उहनां दे रिपोर्ट नहीं देणी। असीं उहनां नूं 20 तरीक तक दा समां दित्ता सी, पर सरकार दे कन्न ते जू नहीं सरकी। असीं MLA साहब नूं वी, DPO साहब ते डायरैक्टर रेट वी चंडीगढ़ दे विच वी असीं ध्यान च लिआंदा वी जिहड़ा सानूं 4 महीने तों जिहड़ी साडी सैलरी पवाई जावे। जिहड़ा साडा CDPO दफ्तर दी आपां गल करीए, इत्थे CDPO दी पोस्ट वी खाली आ, ना कोई सुपरवाइजर आ। सुपरवाइजर वी जिहड़े इक ने उह वाधू चार्ज ते समराली तों लाए होए ने। इस करके जिहड़ी साडी तनखाह दी, सानूं पहलां वी इह प्रॉब्लम आई सी, पहलां वी सानूं इह धरना समराले रखणा पिआ सी तां साडी जिहड़ी इह तनखाह पई सी। हुण असीं सरकार तों इही मंग करदे आं वी जल्दी तों जल्दी DDO पावरां दे के साडी जिहड़ी ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਜਿਹੜਾ ਮਾਣ ਭੱਤਾ ਜਲਦੀ ਤੋਂ ਜਲਦੀ ਪਵਾਇਆ ਜਾਵੇ, ਨਹੀਂ ਜਿਹੜਾ ਸਾਡਾ ਇਹ ਸੰਘਰਸ਼ ਆ ਹੋਰ ਵੀ ਤਿੱਖਾ ਹੋਊਗਾ। ਅੱਜ ਜਿਹੜਾ ਅਸੀਂ ਪ੍ਰੋਟੈਕਸ ਕਰਨ ਲੱਗੇ ਹਾਂ ਇੱਥੇ, 4 ਮਹੀਨਿਆਂ ਤੋਂ ਸਾਡਾ ਮਾਣ ਭੱਤਾ ਨਾ ਮਿਲਣ ਕਰਕੇ ਸਾਨੂੰ ਇਹ ਅੱਜ ਧਰਨਾ ਇੱਥੇ ਰੱਖਣਾ ਪਿਆ CDPO ਆਫਿਸ ਦੇ ਸਾਹਮਣੇ। ਇਸ ਤੋਂ ਪਹਿਲਾਂ ਅਸੀਂ ਹਫ਼ਤਾ ਪਹਿਲਾਂ ਮਾਛੀਵਾੜਾ ਬਲਾਕ ਦੇ ਸਾਰੀ ਜਥੇਬੰਦੀ ਵੱਲੋਂ ਨੁਮਾਇੰਦਿਆਂ ਨੂੰ ਇਕੱਠੇ ਕਰਕੇ ਮੀਟਿੰਗ ਤੈਅ ਕੀਤੀ ਸੀ, ਜਿਸ ਵਿੱਚ ਫੈਸਲਾ ਲਿਆ ਸੀ ਕਿ 20 ਤਰੀਕ ਤੱਕ ਜੇਕਰ ਸਾਡਾ ਮਾਣ ਪਤਾ ਨਹੀਂ ਮਿਲਦਾ ਸਾਨੂੰ ਤਾਂ ਅਸੀਂ ਜਿਹੜਾ ਸੰਘਰਸ਼ ਆ ਇਸ ਨੂੰ ਹੋਰ ਵੀ ਤੇਜ਼ ਕਰਾਂਗੇ। ਪਰ 20 ਤਰੀਕ ਤੱਕ, ਇਸ ਤੋਂ ਪਹਿਲਾਂ ਅਸੀਂ ਆਪਣੇ ਜਗਤਾਰ ਸਿੰਘ MLA ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ, ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕਰੀ। ਫਿਰ ਉਸ ਤੋਂ ਬਾਅਦ ਅਸੀਂ DPO ਲੁਧਿਆਣਾ ਨੂੰ ਵੀ ਮੰਗ ਪੱਤਰ ਦਿੱਤਾ ਆ ਆਪਣੇ ਮਾਣ ਪੱਤੇ ਦੇ ਸੰਬੰਧ ਦੇ ਵਿੱਚ, ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕਰੀ। ਅਤੇ ਇਹ ਸਰਕਾਰ ਨੇ ਜਿਹੜਾ IFMS ਤੋਂ ਚੱਕ ਕੇ ਡਾਇਰੈਕਟ ਕੋਈ ਸਿਸਟਮ ਕੀਤਾ ਕਿ ਇਹਨਾਂ ਦੀਆਂ ਤਨਖਾਹਾਂ ਸੈਂਟਰ ਗਵਰਨਮੈਂਟ ਤੋਂ ਇਸ ਤਰ੍ਹਾਂ ਪੈਣਗੀਆਂ, ਅਤੇ ਉਹਦੇ ਵਿੱਚ ਹੁਣ ਮੇਰੇ ਵੱਲੋਂ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਮੈਂ ਉਹਦੇ ਵਿੱਚ ਕੁਛ ਕਰ ਸਕਦੀ ਹਾਂ। ਇਹ ਹੈਗਾ ਆ CDPO ਲੈਵਲ ਦਾ ਕੰਮ ਹੈ, ਜਿਹੜੀਆਂ ਇਹਨਾਂ ਦੀਆਂ DDO ਪਾਵਰਸ ਦਾ ਕੰਮ ਹੈ ਉਹ ਵੀ ਹੈੱਡਕੁਆਟਰ ਦਾ ਆ, ਡਾਇਰੈਕਟੋਰੇਟ ਦਾ ਕੰਮ ਆ, ਜਿਸ ਕਰਕੇ ਇਹਨਾਂ ਦੀਆਂ ਤਨਖਾਹਾਂ ਦੇ ਵਿੱਚ ਇੰਨੀ ਵੱਡੀ ਰੋਕ ਹੈਗੀ ਆ। ਮੰਨਿਆ ਕਿ ਪੂਰੇ ਪੰਜਾਬ ਵਿੱਚ ਸਟੇਟ ਫੰਡ ਪੈ ਚੁੱਕਾ, ਸਟੇਟ ਫੰਡ ਹੋ ਚੁੱਕਾ, ਪਰ ਇਹਨਾਂ ਦਾ ਉਹ ਸਟੇਟ ਫੰਡ ਵੀ ਨਹੀਂ ਪਿਆ ਹੈਗਾ, ਉਸ ਦੇ ਵਿੱਚ ਮੇਰਾ ਕਿਸੇ ਤਰ੍ਹਾਂ ਦਾ ਵੀ ਲੇਖਾ ਜੋਖਾ ਨਹੀਂ ਹੈ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।